अस्सलाम वालेकुम। ओ बिस्मिल्लाह बिस्मिल्लाह। सलाम भाई की हाल है? अतर भाई की हाल है? ठीक हो? बस शुक्र अल्लाह पाए था। बैठो तशरीफ रखो। बैठे बाजी। अचानक ही इतने छापा ही मार ले। छापा ते मारया बाजी। असन देखो ਤੁਸੀਂ ਸਾਨੂੰ ਭਰਾ ਨਹੀਂ ਸਮਝਦੇ ਯਾਰ। ਭਰਾ ਕਿਉਂ ਨਹੀਂ? ਤੋ ਜਿੰਦ ਜਾਨ ਹੋ ਤੁਸੀਂ ਮੇਰੀ। ਉਹ ਤੇ ਸਾਨੂੰ ਵੀ ਇਸ ਗੱਲ ਦਾ ਫਖਰ ਹੈ, ਲੇਕਿਨ ਇੱਕ ਗੱਲ ਦਾ ਮੈਨੂੰ ਪਤਾ ਲੱਗਾ, ਬਹੁਤ ਹੀ ਤਕਲੀਫ ਹੋਈ। ਗੱਲ ਪਤਾ ਕੀ ਅਸਨ ਭਾਈ, ਜਿੱਥੇ ਮਤਲਬ ਸਾਡਾ ਕੋਈ ਲੁਕਿਆ ਨਹੀਂ ਇੱਕ ਦੂਸਰੇ ਕੋਲ। ਜੀ ਜੀ। ਤੁਹਾਡੇ ਘਰ ਦਾ ਮੈਨੂੰ ਪਤਾ, ਮੇਰੇ ਘਰ ਦਾ ਤੁਹਾਨੂੰ ਪਤਾ, ਤੇ ਸਾਨੂੰ ਇੱਕ ਦੂਸਰੇ ਨਾਲ ਸਾਂਝੇ ਨੇ ਦੁੱਖ ਦਰਦ ਨੇ ਆਪਣੇ। ਤੇ ਭਾਜੀ ਤੁਸੀਂ ਇਹ ਵਿਆਹ ਕਰ ਲਿਆ ਤੇ ਸਾਨੂੰ ਦੱਸਿਆ ਹੀ ਨਹੀਂ, ਕੋਈ ਗੱਲ ਨਹੀਂ ਕਰਨਾ ਰਹੀ, ਤੁਸੀਂ ਸਾਨੂੰ ਗੈਰ ਸਮਝਿਆ। ਤੇਰੇ ਪਤੀ ਜਨਮ ਮਲਾਂਦਾ ਨੇ ਆ, ਉਹ ਮੈਂ ਘਰ ਬਾਂਦਰ ਨਹੀਂ ਰੱਖੇ, ਕੀ ਕਰਨ ਦੇ ਆ ਭਾਜੀ? ਉਹ ਤਾਂ ਵਿਆਹ ਦਾ ਤਾਂ ਮੈਨੂੰ ਪਤਾ, ਉਹ ਤਾਂ ਮੈਂ ਆਪਣੀ ਬਾਜੀ ਵੱਡੀ ਭੈਣ ਮਾਂ ਆਪਣੀ ਨੂੰ ਮੈਂ ਮਿਲਿਆ, ਬੱਚਿਆਂ ਭਤੀਜੀਆਂ ਭਤੀਜਿਆਂ ਨੂੰ ਵੀ ਮੈਂ ਮਿਲਿਆ। ਠੀਕ ਹੈ। ਤੇ ਜਿਹੜਾ ਦੂਸਰਾ ਕੰਮ ਤੁਸੀਂ ਵਿਖਾਇਆ ਉਹਦੀ ਨਹੀਂ ਮੈਂ ਸਮਝ ਲਈ, ਜਿਸ 'ਚ ਦੋ ਬੱਚੇ ਨੇ ਮਾਸ਼ਾਅੱਲਾ, ਉਹ ਵਿਚਾਰੀ ਰੋਣ ਡੇ 'ਚ ਬਾਹਰ ਖਲੋਤੀ, ਮਿੱਟੀਏ ਚੱਲ ਰਹੀ ਗੱਲ ਚੱਲੀ ਗਈ। ਤੇ ਭਾਜੀ ਕੀ ਸਾਡੀ ਇੱਜ਼ਤ ਰਹਿ ਗਈ? ਤੁਹਾਡੀ ਇੱਜ਼ਤ ਨਹੀਂ ਸਾਡੀ ਇੱਜ਼ਤ। ਜੇ ਤੇ ਪਹਿਲਾ ਵਿਆਹ ਮੈਂ ਚੰਗੀ ਤਰ੍ਹਾਂ ਨਹੀਂ ਵੇਖਿਆ ਤੇ ਦੂਸਰਾ ਵਿਆਹ ਮੈਂ ਤੁਹਾਨੂੰ ਕਿੱਥੇ ਕਰਕੇ ਵਿਖਾ? ਇਹੀ ਤਾਂ ਮੈਂ ਕਹਿਣ ਡਿਆ ਕਿ ਪਹਿਲਾ ਤੁਹਾਡਾ ਨਹੀਂ ਭੁਗਤਿਆ ਗਿਆ ਤੇ ਤੁਸੀਂ ਦੂਸਰਾ ਘੜਕਾਤਾ। ਚਲੋ ਅਗਰ ਕਰ ਵੀ ਲਿਆ ਸੀ ਤੇ ਸਾਨੂੰ ਦੱਸਣ 'ਚ ਕੋਈ ਹਰਜ ਸੀ? ਯਾਰ ਦੇਖ, ਜਿਸ ਫੀਲਡ 'ਚ ਅਸੀਂ ਸੁਣਿਆ ਕੰਮ ਕਰਦੇ ਹਾਂ ਇੱਥੇ ਇੰਜ ਦੀਆਂ ਫਾਰਮ ਉੱਠਦੀਆਂ ਰਹਿੰਦੀਆਂ ਨੇ। ਫਾਰਮਾਂ ਨਹੀਂ ਭਾਜੀ, ਮੈਂ ਨਾਲ ਸਬੂਤ ਲੈ ਕੇ ਆਇਆ। ਕੀ ਮਤਲਬ? ਅੰਦਰ ਆ ਪੁੱਤਰ ਕੁੜੀਏ। ਉਹਨੇ ਤੁਸੀਂ ਇਹੋ ਜਿਹਾ ਕੰਮ ਵਿਖਾਇਆ, ਆ ਜਾਓ ਬੱਚਾ, ਆ ਜਾਓ ਨਵੀਂ। ਹਸਨ ਤੁਸੀਂ ਘਰ ਕਿਹਦਾ ਹੈ? ਇਹ ਘਰ ਮੇਰਾ ਹੈ। ਭਾਗ ਜੀ ਇੱਧਰ ਆਓ, ਇੱਧਰ ਬੈਠੋ। ਚਲੋ ਬੱਚੇ ਬੇਟਾ, ਅਗਰ ਮੈਨੂੰ ਇੱਕ ਹੁਣ ਸਕਾਵਤ ਸਾਹਿਬ ਨਾਲ ਮਿਲਦੇ ਤੇ ਮੈਂ ਕਿੱਥੇ ਜਾਣੀ? ਨਹੀਂ, ਲੇਕਿਨ ਤੁਸੀਂ ਕੌਣ ਹੋ? ਮੈਂ ਨਹੀਂ ਪਛਾਣਿਆ। ਉਹ ਕਾੜੇ ਦਾ ਕਰਾਇਆ ਚਾਹੀਦਾ ਤੁਹਾਨੂੰ ਜਾਂ ਕਿਹਨਾਂ ਨੂੰ? ਲੈ ਪਾਇਆ ਨਹੀਂ ਉਹ ਵੀ ਕੁੜੀ ਜਿੰਨਾ ਤੁਸੀਂ ਵਿਆਹ ਕੀਤਾ ਤੇ ਦੋ ਬੱਚੇ ਨੇ ਮਾਸ਼ਾਅੱਲਾ ਮਸੂਮ ਪਿਆਰੇ ਪਿਆਰੇ ਬੱਚੇ ਨੇ, ਤੇ ਤੁਸੀਂ ਛੱਡ ਕੇ ਨਾ ਉਹਨਾਂ ਦੇ ਘਰ ਤੇ ਰਹਿਣ ਦੀ ਜਗ੍ਹਾ, ਨਾ ਉਹਨਾਂ ਨੂੰ ਮਤਲਬ ਕੋਈ ਖਰਚਾ ਦਿੰਦੇ ਹੋ, ਤੇ ਅਜੀਬ ਜਿਹਾ ਲੱਗਣ ਡਿਆ। ਇਹ ਤਾਂ ਰੋਣ ਡਈ ਸੀ। ਮੈਂ ਬਾਹਰ ਤੁਸੀਂ ਵਿਆਹ ਕਰਕੇ ਭੁੱਲ ਗਏ? ਕਮੈਂਟ ਕਮੈਂਟ ਕਮੈਂਟ, ਇਹ ਬੱਚੇ ਮੇਰੇ ਨੇ? ਕਿਹੜੇ ਬੱਚੇ ਨੇ? ਪਿਓ ਤੋਂ ਚੋਰੀ ਜੰਮੇ ਨੇ? ਪਾਇਆ ਨਹੀਂ, ਮੈਨੂੰ ਪਤਾ ਹੀ ਨਹੀਂ। ਇਹੀ ਗੱਲ, ਤੁਸੀਂ ਸਾਡੇ ਤੋਂ ਚੋਰੀ ਕੀਤੀ ਤੇ ਇਹਨਾਂ ਤੋਂ ਵੀ ਚੋਰੀ ਕੀਤੀ ਹੋਣੀ। ਨਹੀਂ ਨਹੀਂ, ਆਪਕੋ ਗਲਤ ਫਹਿਮੀ ਹੋਈ ਹੈ। ਨਹੀਂ ਭਾਜੀ, ਤੁਸੀਂ ਇਹ ਨਹੀਂ ਗੱਲ ਕੀਤੀ, ਤੁਸੀਂ ਅੱਛੀ ਫਨਕਾਰ, ਤੁਸੀਂ ਵੱਡੇ ਹੋ। ਲੇਕਿਨ ਇਹ ਹਰਕਤ ਨਹੀਂ ਕਰਨੀ। ਅਗਰ ਤੁਸੀਂ ਨਾ ਮੈਨੂੰ ਮਿਲਦੇ, ਸਕਾਵਤ ਭਾਈ ਨੇ ਮੈਨੂੰ ਦੱਸਿਆ ਤੁਸੀਂ ਇੱਥੇ ਰਹਿੰਦੇ ਆ। ਆਹੋ, ਲੇਕਿਨ ਮੈਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਂਦੀ? ਹੋਰ ਬਾਅਦ ਤੇ ਛੋਟੇ ਛੋਟੇ ਰੋਲ ਜਾਂਦੇ। ਤੇ ਲੇਕਿਨ ਇਹ ਬੱਚੇ, ਬੇਟਾ ਕੌਣ ਹੋ ਆਪ? ਕੀ ਨਾਮ ਹੈ ਆਪਕਾ? ਡਾਇਮੰਡ ਲੀ। ਲੇਕਿਨ ਆਪ ਮੈਨੂੰ ਨਾ ਜਾਣਦੇ, ਪਹਿਲੀ ਵਾਰ ਤੋਂ ਮੁਲਾਕਾਤ। ਆ ਲੈ, ਉਹ ਕਹਿੰਦੇ ਤੁਸੀਂ ਮੇਰੇ ਪਾਪਾ ਹੋ। ਆਪ ਵੀ ਤੁਸੀਂ ਨਾਮ ਰੱਖ ਕੇ ਭੁੱਲ ਗਏ? ਤੇ ਬੱਚੇ ਝੂਠ ਬੋਲਦੇ ਨੇ ਭਾਈ ਹਸਨ ਸਾਹਿਬ, ਐ ਨਾ ਕਰੋ ਤੁਸੀਂ ਜ਼ਿਆਦਾ। ਮੈਂ ਅੱਛਾ ਗੱਲ ਸੁਣੋ, ਪਤਾ ਕੀ ਹੈ? ਜਦੋਂ ਇੱਕ ਮਿੰਟ ਠਹਿਰੋ, ਬੱਚੀ ਮਾਸੂਮ ਹੈ, ਛੋਟੀ ਹੈ। ਬੇਟਾ ਮੇਰਾ ਬਤਾਓ ਕਿ ਇਹ ਕੌਣ ਹੈ? ਬੇਟਾ ਬਤਾਓ, ਇਹ ਮੇਰੀ ਤਰਫ ਦੇਖੋ, ਮੈਂ ਕੌਣ ਨੂੰ ਬੇਟਾ? ਪਾਪਾ ਜੀ। ਐ ਭਾਜੀ, ਹੁਣ ਆ ਮਾਸੂਮ ਬੱਚੇ ਤੇ ਨੀਨਾ ਝੂਠ ਬੋਲਦੇ ਅਸਰ ਭਾਈ, ਗੱਲ ਸੁਣੋ। ਅਗਰ ਤੁਸੀਂ ਕਰ ਬੈਠੇ ਹੋ ਨਾ, ਤੇ ਮੇਰੇ ਕੋਲ ਨਾਲ ਕਹੋ ਤੁਹਾਡੀ ਮਿਹਰਬਾਨੀ, ਮੈਂ ਤੁਹਾਡੀ ਪੂਰੀ ਸਪੋਰਟ ਆ, ਮੈਂ ਤੁਹਾਡੇ ਨਾਲ ਆ। ਇਸ ਮਾਸੂਮ ਨੂੰ ਘਰ ਦਿਓ ਰਹਿਣ ਵਾਸਤੇ, ਤੇ ਰਾਜ਼ੀ ਹੋ ਗਈ। ਇਹ ਕਹਿੰਦੀ ਤੁਸੀਂ ਮੈਨੂੰ ਪਹਿਲੇ ਬੱਚਿਆਂ ਦੇ ਨਾਲ ਵੀ ਰੱਖ ਲਓ ਤੇ ਮੈਂ ਉੱਥੇ ਵੀ ਰਹਿ ਲਾਂਗਾ। ਯਾਰ ਘਰ ਕੀ, ਵੈਸੇ ਮਾਫੀ ਚਾਹਨਾ ਮੈਂ ਤੁਹਾਡਾ, ਮੈਂ ਮਜ਼ਾਕ ਤੇ ਨਹੀਂ। ਲੇਕਿਨ ਗੱਲ ਸੁਣੋ ਭਾਜੀ, ਤੁਸੀਂ ਤੁਹਾਡਾ ਵੱਡਾ ਹੈ, ਇਸੇ ਨਾਲ ਕੰਮ ਵੀ ਵੱਡੇ ਪਾਉਣ ਲੱਗ ਪਏ ਜੇ ਤੁਸੀਂ। ਉਹ ਮੇਰੇ ਕੰਮ ਵੱਡੇ ਵੱਡੇ ਹੋਣੇ ਚਾਹੀਦੇ ਨੇ, ਇਹ ਤਾਂ ਫੈਮਿਲੀ ਹੋਵੇ, ਇਹਨਾਂ ਨੂੰ ਘਰ ਦੀ ਵੀ ਜ਼ਰੂਰਤ ਨਹੀਂ, ਤਾਂ ਮੱਛ ਦੀ ਡੱਬੀ 'ਚ ਵੀ ਸੌ ਸਕਦੇ ਨੇ ਯਾਰ। ਤੁਸੀਂ ਭਾਇਨ ਮਜ਼ਾਕ ਇਹ ਜਿਹੀ ਸੇਧ ਵੇਖੋ, ਮੈਂ ਚਲੋ ਵਿਆਹ ਵੀ ਕਰਨਾ, ਮੈਂ ਜ਼ੁਲਮ ਤੇ ਨਹੀਂ ਨਾ ਕਰ ਸਕਦਾ। ਕਿਸੇ ਦੀ ਜ਼ਿੰਦਗੀ ਨਾ ਖਰਾਬ ਕਰੋ ਭਾਜੀ, ਤੁਸੀਂ ਵਿਆਹ ਕੀਤਾ, ਉਹ ਬੱਚੀ ਝੂਠ ਬੋਲਦੀ, ਮੈਨੂੰ ਵੀ ਵਿਆਹ ਨਹੀਂ ਕਹਿੰਦੀ। ਤੈਨੂੰ ਪਤਾ ਹੈ ਵਿਆਹ ਕੀ ਹੁੰਦਾ? ਮੈਨੂੰ ਤੁਸੀਂ ਉੱਥੇ ਕਿਰਾਏ ਦੇ ਘਰ ਲੈ ਕੇ ਦਿੱਤਾ, ਮੈਂ ਉੱਥੇ ਰੋਲਦੀ ਪਈ ਆ, ਤੁਸੀਂ ਇਸ ਘਰ ਬੈਠੇ ਹੋਏ ਆ। ਕਿਰਾਏ ਦੇ ਘਰ ਲੈ ਕੇ ਦਿੱਤਾ? ਮੈਂ ਕੋ ਜੁਆ ਪਵਾਇਆ ਕਿਤੇ ਕੋ ਕਿਰਾਏ ਤੇ? ਮੈਂ ਕਦ ਨਹੀਂ ਤੈਨੂੰ ਘਰ ਲੈ ਕੇ ਦੇਣਾ ਘਰ? ਤੁਸੀਂ ਭਾਜੀ ਲੈ, ਇਹ ਤੇ ਚਲੋ ਤੁਹਾਡਾ ਫਰਜ਼ ਬਣਦਾ ਸੀ ਘਰ ਲੈ ਤਾਂ ਕਿਰਾਏ ਤੇ, ਚਲੋ ਨਾਲ ਨਹੀਂ ਵੀ ਰੱਖ ਸਕਦੇ, ਤੁਹਾਡੀ ਮਜਬੂਰੀ ਹੈ, ਲੇਕਿਨ ਉਹ ਖਰਚਾ ਵਗੈਰਾ ਤੇ ਬੱਚਿਆਂ ਦਾ ਭੇਜੋ ਨਾ। ਉਹ ਕਿਉਂ ਵਿਚਾਰੀ, ਕੱਲ ਦੀ ਪਰੇਸ਼ਾਨ ਸੀ, ਅੱਜ ਮੈਂ ਲੰਘ ਰਿਹਾ ਸੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਭਾਣ ਤੁਸੀਂ ਹਸਨ ਸਾਹਿਬ ਨੂੰ ਜਾਣਦੇ ਹੋ। ਮੈਂ ਕਿਹਾ ਮੇਰੇ ਵੱਡੇ ਵੀਰ ਨੇ ਭਰਾ ਨੇ, ਤੇ ਉਹ ਮੈਂ ਲੈ ਕੇ ਇੱਧਰ ਆ ਗਿਆ ਤੁਹਾਡੇ ਘਰ। ਸਖਾਵਤ ਸਾਹਿਬ, ਦੇਖੋ ਤੁਹਾਡੀ ਹੀ ਮਜ਼ਾਕ ਦੀ ਆਦਤ ਮੇਰਾ ਵੀ ਭਾਣ ਹੈ। ਇਹ ਮਜ਼ਾਕ ਤੇ ਨਹੀਂ ਨਾ, ਮੈਂ ਇੱਕ ਭਾਜੀ ਘਰੇਲੂ ਮਜ਼ਾਕ ਮੈਂ ਕਦੇ ਨਹੀਂ ਕੀਤਾ। ਸਖਾਵਤ ਸਾਹਿਬ, ਇੱਥੇ ਚੁੱਕੇ ਪ੍ਰੋਡਕਸ਼ਨ ਹੋ ਸੀ, ਤੁਹਾਨੂੰ ਪਤਾ ਆਫਿਸ ਬਣਾਇਆ ਸਖਾਵਤ ਚੈਨਲ ਦਾ, ਤੇ ਇੱਥੇ ਹੋਰ ਵੀ ਵਰਕਰਸ ਨੇ, ਕਿਸੇ ਨੇ ਮੇਰੇ ਘਰ ਦੱਸ ਦਿੱਤੀ ਤੇ ਹਾਸੇ ਦਾ ਮਲਾਸਾ ਬਣ ਗਿਆ। ਭਾਜੀ ਇਹ ਜਿਹੜੀ ਸੱਚੀ ਗੱਲ ਅਖੀਰ ਤੇ ਖੁੱਲਣੀ ਹੈ ਨਾ, ਲੋਕੀ ਤੇ ਮੈਨੂੰ ਕਹਿੰਦੇ ਸੀ ਪ੍ਰੈਸ ਕਾਨਫਰੰਸ ਕਰਵਾਓ, ਉਹਦੇ ਚ ਮੈਂ ਜਾਵਾਂ, ਉੱਥੇ ਜਾ ਕੇ ਕੰਮ ਕਰਾਂ। ਨਹੀਂ ਨਹੀਂ, ਪ੍ਰੈਸ ਕਾਨਫਰੰਸ ਕਰਨ ਦੀ ਕੀ ਜ਼ਰੂਰਤ ਹੈ? ਇਹ ਮੈਂ ਕਿਹੜਾ ਕੋਈ ਉੱਥੇ ਮੰਨ ਗਏ ਭੁੱਲ ਗਿਆ ਜਦੋਂ ਤੁਸੀਂ ਬਾਗ ਚ ਜਾ ਕੇ ਮੈਨੂੰ ਫਿਰਦੇ ਸੀ? ਦਿਨ ਦੇ ਟਾਈਮ ਹੀ ਫਿਰਨਾ, ਰਾਤ ਨੂੰ ਮੈਂ ਬਾਗ ਚ ਲੈ ਕੇ ਕਿਸੇ ਨੂੰ ਫਿਰ ਕੇ ਜੁੱਤੀਆਂ ਖਾਣੀਆਂ ਕਿਸੇ ਕੋ? ਨਹੀਂ ਨਹੀਂ, ਲੇਕਿਨ ਤੁਹਾਡੇ ਨਾਲ ਤਾਂ ਮੈਂ ਕਦੀ ਵੀ ਨਹੀਂ ਫਿਰਿਆ। ਤੁਸੀਂ ਹੱਥ ਹੱਥ ਪਾ ਕੇ ਫਿਰਦੇ, ਤੁਸੀਂ ਭੁੱਲ ਗਏ ਹੋ ਦਿਨ ਜਦੋਂ ਮੇਰੇ ਵਾਲਾਂ ਚ ਹੱਥ ਪਾਨੇ ਹੁੰਦੇ ਸੀ।
ਆਪਣਾ ਵਜੂਦ ਵੇਖੋ ਤੇ ਬੱਚੇ ਵੇਖੋ ਤੁਸੀਂ ਹੈ ਤੇ ਮਾਸੂਮ ਦੇ ਨਾਲ ਧੋਖਾ ਕਰਨ ਦੇ ਨਹੀਂ ਤੁਹਾਡੇ ਵਾਲਾਂ 'ਚ ਹੱਥ ਪਾਣਨਾ ਸਰ ਤੇ ਇਹ ਬੱਚੇ ਮੈਂ ਬਰੀਕ ਕੰਘੀ ਨਾ ਤੁਹਾਡੇ ਸਿਰ ਚੁੱਕਣ ਦੇ ਉਹ ਪਾਇਆ ਨਾ ਬੱਚੇ ਨੇ ਜੁਆ ਨਹੀਂ ਤੁਸੀਂ ਕੀ ਗੱਲ ਕਰਨ ਦੇ ਉਹ ਬੇਟਾ ਤੂੰ ਪੈਦੀ ਘੁੱਟ ਕੇ ਬਾਹ ਫੜੀ ਇਹ ਮੇਰੀ ਬੱਚੇ ਅਣਜਾਣ ਬੰਦੇ ਨੂੰ ਭਲਾ ਕੋਈ ਫੜ ਸਕਦਾ ਹੈ ਜੀ ਮੁਰਾਦ ਸਾਹਿਬ ਝੂਠ ਨਾ ਬੋਲੋ ਤੁਹਾਡੀ ਮਿਹਰਬਾਨੀ ਹੈ ਤੁਸੀਂ ਮੰਨ ਲਓ ਕਿਉਂਕਿ ਤੁਸੀਂ ਵਿਆਹ ਕੀਤਾ ਆਪ ਕਿਉਂ ਨਹੀਂ ਘਰ ਆਤੇ ਦੇ ਅਮਿਤ ਨੇ ਦਵਾਸ ਹੋ ਗਏ ਮਾਰੇ ਬੁਗਾ ਗਏ ਮਾਰੇ ਬੁਗਾ ਗਏ ਹਾਂ ਦੇਖੋ ਬੱਚੇ ਤਾਂ ਇੰਨਾ ਯਾਦ ਕਰਦੇ ਹੁੰਦੇ ਸੀ ਯਾਰ ਬੱਚੇ ਮਾਸ਼ਾਅੱਲਾ ਏਡੇ ਮਾਸੂਮ ਬੱਚੇ ਉਹ ਤੁਸੀਂ ਬੜੇ ਤੇਜ਼ ਹੋ ਇਹ ਤੁਸੀਂ ਚੱਲ ਤੁਹਾਨੂੰ ਨਹੀਂ ਦੇਖ ਮੇਰੀ ਗੱਲ ਸੁਣੋ ਇਹਨੂੰ ਕੋਈ ਪੈਸੇ ਪੂਹੇ ਚਾਹੀਦੇ ਨੇ ਨਾ ਇਸ ਗੱਲ ਨੂੰ ਇੱਥੇ ਦਫਨ ਕਰਕੇ ਮੈਂ ਖਿਦਮਤ ਕਰ ਤੇ ਉਹ ਜਿਹੜਾ ਨਿਕਾਹ ਕੀਤਾ ਉਹ ਜਿਹੜੇ ਤੁਸੀਂ ਮੇਰੇ ਨਾਲ ਇੰਨੇ ਅੱਛੇ ਲੰਮੇ ਗੁਜ਼ਾਰ ਤੁਸੀਂ ਭੁੱਲ ਗਏ ਮੈਂ ਤਾਂ ਕੁੜੀਏ ਤੂੰ ਮੈਨੂੰ ਦੱਸ ਵੀ ਵਿਆਹ ਕਿੱਥੇ ਹੋਇਆ ਸੀ ਮੈਂ ਕਚਹਿਰੀਆਂ ਜਾ ਕੇ ਵਿਆਹ ਕੀਤਾ ਸੀ ਇਹਨਾਂ ਨਾਲ ਇਹ ਉਹਨੂੰ ਭੁੱਲ ਗਏ ਨੇ ਚਲੋ ਯਾਰ ਕਚਹਿਰੀਆਂ ਜੋ ਮੇਰੇ ਸਿਰ ਚ ਵਾਂਸ ਵੱਜ ਗਿਆ ਸੀ ਨਿਕਲਦੇ ਆ ਕਿ ਮੈਂ ਭੁੱਲ ਹੀ ਗਿਆ ਆ ਮਰਾਦ ਸਾਹਿਬ ਤੀਸਰਾ ਚੌਥਾ ਵਿਆਹ ਕੀਤਾ ਮੈਨੇ ਤੇ ਬੰਦੇ ਦੇ ਵਾਂਸ ਨਾ ਵੀ ਵੱਜਿਆ ਹੋਵੇ ਤਾਂ ਲੱਗਦਾ ਵਾਂਸ ਵੱਜਾ ਹੋਵੇ ਯਾਰ ਤੂੰ ਕਿੱਡੀ ਘੁੱਟ ਕੇ ਫੜਿਆ ਮੈਨੂੰ ਮੈਂ ਨਸ ਚੱਲਾਂ ਵਾ ਤੇ ਉਹੇ ਉਹਦਾ ਫੜੇ ਨਾ ਓ ਆਹੋ ਬੇ ਬੇਟਾ ਮਾਸ਼ਾਅੱਲਾ ਇਤਨੇ ਪਿਆਰੇ ਬੱਚੇ ਤਫਾਉ ਤਫਾਉ ਤੇਰੇ ਬੱਚੇ ਨੇ ਓ ਮੇਰੇ ਬੱਚੇ ਕਿਹਨੇ ਜਾਣਗੇ ਇਹ ਬੱਚੇ ਪੈਦਾ ਕਰਨ ਵਾਸਤੇ ਭਾਜੀ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦੇ ਆਪਣੇ ਨਿਕਾਹ ਦੀ ਆ ਲੈ ਲਿਆ ਫੋਨ ਬਾਹਰ ਦੇਖੋ ਓਏ ਹੋਏ 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 ਇਹ ਦੇਖੋ ਸੇਰਾ ਨਹੀਂ ਤੁਹਾਡੇ ਮੂੰਹ ਦਾ ਡੱਬਾ ਤੇ ਇੰਨਾ ਵਿਸੇਰਾ ਤੇ ਐਡਾ ਮੂੰਹ ਵਿੱਚ ਦੇਖੋ ਮੈਂ ਤੇ ਆ ਤੁਸੀਂ ਆ ਦੇਖੋ ਤੁਸੀਂ ਬੈਠੇ ਹੋਏ ਆ ਆਹੋ ਅਸਰ ਵੀ ਘੁੱਟਣ ਦੀ ਇਹ ਤੁਹਾਡਾ ਦੇਵ ਹੈ ਜਿਹੜੇ ਬੱਚੇ ਪਿੱਛੇ ਬੈਠੇ ਨੇ ਆ ਸਾਰੇ ਲੰਮੇ ਤੁਸੀਂ ਭੁੱਲ ਗਏ ਆ ਦੇਖੋ ਇਹ ਕਿ ਤਸਵੀਰ ਕਿੱਥੇ ਹੋਈ ਹੈ ਤੁਸੀਂ ਇਹ ਹੁਣ ਮੇਰੇ ਬੱਚੇ ਬਣਾ ਦਿਓ ਤੁਸੀਂ ਇਹਨਾਂ ਦੀਆਂ ਫੋਟੋਆਂ ਨੇ ਇਹ ਨਹੀਂ ਉਹ ਦੂਸਰੇ ਬੱਚੇ ਸਨ ਮੈਂ ਕਿਹਾ ਪਤਾ ਨਹੀਂ ਨਾਲ ਲੈ ਕੇ ਆਈ ਸੀ ਨਾ ਨਹੀਂ ਨਹੀਂ ਇਹ ਬੱਚੇ ਉਹ ਆਪ ਹਮਾਰੇ ਹਮ ਆਪਕੇ ਹੀ ਬੱਚੇ ਆਪ ਕੈਸੇ ਭੁੱਲ ਗਏ ਹੋ ਮਾਂ ਹੁਣ ਦੱਸੋ ਬੇਟਾ ਇਹ ਤੇ ਮੈਨੂੰ ਕੋ ਬਹੁਤ ਤੇਜ਼ ਔਰ ਖੋਚਲ ਲੱਗ ਰਿਹਾ ਤੂੰ ਦੱਸ ਮੇਰਾ ਬੱਚਾ ਤੂੰ ਬਤਾ ਬਤਾ ਮੈਂ ਤੁਹਾਡਾ ਅਬੂ ਨਹੀਂ ਹੂੰ ਨਾ ਬਤਾਓ ਆਪਕੇ ਪਾਪਾ ਦੇਖੋ ਓ ਨੋ ਅੱਛਾ ਮੇਰੀ ਗੱਲ ਸੁਣ ਮੇਰਾ ਵੀਰ ਫੜੇ ਗਏ ਅੱਜ ਤੁਸੀਂ ਇਹ ਨਾ ਕਰੋ ਨਹੀਂ ਤੇ ਮਾਫ ਕਰ ਦਿਓ ਅੱਜ ਫੜੇ ਗਏ ਮੈਂ ਕੋਈ ਵਿਆਹ ਨਹੀਂ ਕੀਤਾ ਤੇਰੇ ਨਾਲ ਪਲੀਜ਼ ਤੇਰੀ ਮਿਹਰਬਾਨੀ ਜਾ ਯਾਰ ਬਸ ਪਲੀਜ਼ ਲੈ ਜਾਓ ਇਹਨਾਂ ਨੂੰ ਬੜੀ ਓ ਕਿੱਥੇ ਲੈ ਜਾਓ ਸਰਮਰਾਜ ਸਾਹਿਬ ਤੁਸੀਂ ਹੁਣ ਬੱਚਿਆਂ ਵਾਲੀ ਗੱਲ ਕਰਨ ਦੇ ਮਜ਼ਾਕ ਦਾ ਮਜ਼ਾਕ ਰਹੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਹ ਮਾਸੂਮ ਨੂੰ ਮੈਂ ਭੈਣ ਕਿਹਾ ਤੇ ਮੈਂ ਇਹਨੂੰ ਇਹਦਾ ਹੱਕ ਦਵਾ ਕੇ ਰਹਿਣਾ ਜੇ ਮੈਂ ਤੁਹਾਨੂੰ ਦੱਸਾਂ ਮੈਂ ਕਿਹਾ ਤੂੰ ਠੀਕ ਉਹਦੀ ਭੈਣ ਬਣ ਜਾ ਤੇ ਮੈਂ ਵੀ ਤੈਨੂੰ ਬਣਾ ਲੈਣਾ ਵਾਂ ਲੇਕਿਨ ਤੂੰ ਮੇਰੀ ਜਾਨ ਛੱਡ ਦੇ ਮੇਰੀ ਗੱਲ ਸੁਣ ਖੋਤਾ ਮੋਟੇ ਜਾ ਕੇ ਨਹਿਰ ਲੰਘਣ ਵਾਲਿਆ ਇਹ ਬੱਚੇ ਤੇਰੇ ਨੇ ਤੇ ਮੈਂ ਤੇਰੇ ਗੱਲ ਪਾ ਕੇ ਜਾਣਾ ਮੈਂ ਇਹਨਾਂ ਦਾ ਹੱਕ ਦਵਾਉਣਾ ਇੱਥੇ ਤੇ ਇਹਦੇ ਬਿਆਨ ਦੀ ਸਾਰੀ ਗੱਲ ਮੁੱਕਣੀ ਹੈ ਦੱਸ ਦੇ ਸੱਚ ਉਹ ਭਾਈ ਉਹ ਕਿਸ ਤਰ੍ਹਾਂ ਦੇ ਚਪੇੜਾ ਖਾਣ ਵਾਲਿਆ ਜੇ ਤੂੰ ਬੱਚੇ ਨਾ ਨਾ ਮੰਨੇ ਤੇ ਮੈਂ ਇਹਨੂੰ ਕਹਿ ਕੇ ਤੇ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕਰਨੀ ਹੈ ਅੱਛਾ ਮੇਰੀ ਗੱਲ ਸੁਣ ਆ ਵੱਡੇ ਵੱਡੇ ਟੀਵੀ ਤੇ ਮੇਰਾ ਮੂੰਹ ਹੋਣਾ ਛੋਟੇ ਉੱਤੇ ਆਉਣਾ ਨਹੀਂ ਇਹ ਅੱਜ ਤੇ ਇਹ ਭੱਜ ਕੇ ਵਿਆਹ ਕਰਾਇਆ ਹਾਂ ਭੱਜ ਕੇ ਵਿਆਹ ਆਪਣੇ ਭਰਾਵਾਂ ਨੂੰ ਛੱਡਿਆ ਹੀ ਜਦੋਂ ਦਾ ਭੱਜ ਕੇ ਵਿਆਹ ਕਰਾਇਆ ਦੋਨੇ ਖੱਲੀਆਂ ਪਈਆਂ ਅੱਛਾ ਮੇਰੀ ਗੱਲ ਸੁਣੋ ਬਸ ਹੋ ਗਈ ਬਹੁਤ ਮਜ਼ਾਕ ਹੋਇਆ ਸਾਹਿਬ ਸਾਹਿਬ ਲੈ ਜੋ ਇਹਨਾਂ ਓਏ ਅੱਜ ਕੱਲ ਵਾਇਰਲ ਹੋ ਅੱਜ ਜ਼ਮਾਨਾ ਵੇਖੋ ਵੀਡੀਓ ਬਣਨ ਦੀ ਇਹ ਜੇ ਉਹ ਕਿਸੇ ਨੇ ਚੰਕ ਬਣਾ ਲਿਆ ਪਾਪਾ ਮੈਂ ਨਹੀਂ ਬੁਲਾਇਆ ਤੇ ਜਾਣਾ ਆਪਕੇ ਯਾਰ ਮਰ ਸਾਹ ਦੀ ਗੱਲ ਉਹ ਪੁੱਤਰ ਹੈ ਪ੍ਰੈਂਕ ਹੀ ਹੈ ਪ੍ਰੈਂਕ ਕਰ ਰਿਹਾ ਮਜ਼ਾਕ ਕਰ ਰਿਹਾ ਮੈਨੂੰ ਬੇਵਕੂਫ ਬਣਾ ਰਿਹਾ ਭਾਈ ਸਖਾਵਤ ਮਜ਼ਾਕ ਚੱਜ ਬਚੱਜ ਦਾ ਹੁੰਦਾ ਵੇ ਇਸ ਤਰ੍ਹਾਂ ਦਾ ਨਹੀਂ ਜਿਹੜਾ ਫੈਮਲੀਆਂ ਬਰਬਾਦ ਕਰਦਾ ਨਹੀਂ ਨਹੀਂ ਮਣਾ ਕੁੜੀਏ ਆ ਨਿਕਾਹ ਨਾਮਾ ਲੈ ਤੇ ਪ੍ਰੈਸ ਕਾਨਫਰੰਸ ਨਹੀਂ 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 ਨਵੇੜਨੇ ਗੱਲ ਹੈ ਕੀ ਗੱਲ ਹੈ ਭਾਈ ਇਹਨਾਂ ਨੇ ਮੈਨੂੰ ਮੋਬਾਈਲ ਲੱਗ ਦਿੱਤਾ ਉਹ ਵੀ ਭੁੱਲ ਗਏ ਆ ਬਾਬਾ ਆ ਹਾਂ ਤੇ ਰਹੀ ਇਹ ਮੋਬਾਈਲ ਮੈਂ ਤਾਂ ਲੈ ਕੇ ਦਿੱਤਾ ਨਾ ਦੋ ਦਿਨ ਹੋਰ ਲੈ ਦੇ ਦੋ ਦਿਨ ਹੋਰ ਲੈ ਦੇਗਾ ਮੇਰੀ ਘਰ ਛੱਡਦੇ ਹੋ ਤੈਨੂੰ ਕਿਉਂ ਉਹਨੇ ਦੁਕਾਨ ਪਾਉਣੀ ਉਹਨੂੰ ਜੋ ਹੱਕ ਬਣਦਾ ਉਹਦਾ ਘਰ ਦੇ ਉਹਨੂੰ ਉਹਨੂੰ ਰਹਿਣ ਵਾਸਤੇ ਜਗ੍ਹਾ ਦਿਓ ਉਹਨੂੰ ਇੱਜ਼ਤ ਦਿਓ ਮੈਂ ਭੱਜ ਕੇ ਵਿਆਹ ਕਰਾਂ ਮੈਂ ਸਾਰੇ ਥਾਂ ਤਾਂ ਛੱਡਦਾ ਨਾ ਪਿੱਛੇ ਉਹਨੇ ਮੈਂ ਕਿੱਥੇ ਜਾਣਾ ਮੈਂ ਕਿਹਾ ਤੂੰ ਇੱਥੇ ਕਿੱਥੇ ਰਹਿਣਾ ਮੈਂ ਤੇ ਇਸ ਘਰ 'ਚ ਰਹਿਣਾ ਮੈਂ ਤੇ ਆ ਪਿਆ ਪਾਸਾ ਦਿੱਤਾ ਤੈਨੂੰ ਬਿਸਤਰ ਤੋਂ ਖੁਰਚ ਕੇ ਲਾਣਾ ਪੈਣਾ ਮੈਂ ਤੂੰ ਖਿਆਲ ਕਰਕੇ ਪੁੱਛ ਭਾਜੀ ਵੇ ਪਹਿਲੇ ਖਿਆਲ ਕਰਨਾ ਸੀ ਨਾ ਤੁਸੀਂ ਆਪਣਾ ਵਜੂਦ ਵੇਖੋ ਉਹ ਕੁੜੀ ਦਾ ਰੇਸ਼ਮ ਵਰਗਾ ਪਿੰਡਾ ਤੁਹਾਡਾ ਖੋਤੇ ਵਰਗਾ ਵਜੂਦ ਤੁਸੀਂ ਵੇਖੋ ਨਾ ਆਪ ਹੁਣ ਗੱਲ ਵਧਾਉਣ ਦੇ ਜੇ ਮੈਂ ਕਿਹਾ ਮੇਰੀ ਗੱਲ ਸੁਣ ਹਿਟਲਰ ਦੀ ਇਹ ਬਕਰੀਏ ਬਸ ਕਰ ਦੇ ਖੁਦਾ ਦਾ ਵਾਸਤਾ ਬਸ ਉਹ ਬੜੀ ਹੋ ਗਈ ਗੱਲ ਮਜ਼ਾਕ ਨਾਲ ਮਜ਼ਾਕ ਰਿਹਾ ਇਹ ਬੱਚੇ ਮਾਸੂਮ ਨੇ ਤੁਸੀਂ ਉਹਨਾਂ ਨਾਲ ਕੀਤਾ ਨਿਕਾਹ ਤੇ ਉਹਦਾ ਹੱਕ ਦਿਓ ਹੁਣ ਉਹਨੂੰ ਕਿਉਂ ਬੱਚੋ ਬੋਲੋ ਪਾਪਾ ਪਾਪਾ ਜੀ ਅਬ ਹਮ ਆਪਕੇ ਬੱਚੇ ਆਪ ਕਿਉਂ ਧੋਖਾ ਕਰ ਰਹੇ ਹੋ ਮੇਰੇ ਕਿਸਾ ਜਿਹੜੀ ਲੈਬਾਰਟਰੀ ਚ ਜਾਣਾ ਮੈਂ ਫੋਨ ਕਰਕੇ ਬੁਲਾਣਾ ਕੁੜੀਏ ਦੇ ਮੈਨੂੰ ਲੈਬਾਰਟਰੀ ਵਾਲੇ ਬੁਲਾ ਲੈਣੇ ਨਿਕਾਹ ਨਾਮਾ ਵੀ ਇੱਥੇ ਹੀ ਆਏਗਾ ਹੈਲੋ ਹਾਂ ਮਦਨੀ
ਮਦਨੀ ਚੈਨਲ ਲੈ ਕੇ ਮੇਰਾ ਭਰਾ ਮਦਨੀ ਭਾਈ ਐਵੇਂ ਝੂਠ ਬੋਲ ਰਿਹਾ ਕੋਈ ਇੱਧਰ ਗੱਲ ਹਸਨ ਮੁਰਾਦ ਸਾਹਿਬ ਨੇ ਦੂਸਰਾ ਵਿਆਹ ਕੀਤਾ ਤੇ ਮੰਨਣ ਨਹੀਂ ਡੇ ਐ ਕੁੜੀਆਂ ਨਾਲ ਮੇਰੇ ਬੇਟੀ ਕਿੰਨਾ ਵਿਆਹ ਕੀਤਾ ਤੇ ਦੋ ਬੱਚੇ ਵੀ ਨੇ ਇਹਨਾਂ ਦੇ ਬੀਵੀ ਬੇਟਾ ਚਲੋ ਬੱਚੋ ਮਾਮੂ ਕੇ ਸਾਥ ਮਾਮੂ ਕੇ ਪਾਸ ਆਓ ਮੇਰੇ ਪਾਸ ਚਲੋ ਇਹਨਾਂ ਲੈ ਕੇ ਬਾਹਰ ਚੱਲ ਤੇ ਮੈਂ ਤੇਰਾ ਬੇੜਾ ਤਰਜੇ ਨਾਸ਼ ਤੂੰ ਮੇਰੀ ਤੇ ਜਾਨ ਨਿਕਲ ਗਈ ਸੀ ਜਿੱਥੋਂ ਮਜ਼ਾ ਆਉਣ ਲੱਗਾ ਉੱਥੇ ਤੂੰ ਹੁਣ ਮੈਨੂੰ ਫੜ ਲਿਆ ਬਹਰਹਾਲ ਇਹ ਵੈਸੇ ਤੂੰ ਪ੍ਰੈਂਕ ਤੇ ਬੜੇ ਕੀਤੇ ਨੇ ਲੇਕਿਨ ਇਹ ਪ੍ਰੈਂਕ ਜਿਹੜਾ ਨਾ ਬੱਚਿਆਂ ਨੂੰ ਕਿੱਥੋਂ ਯੂਸਫ ਸਾਹਿਬ ਨੇ ਆਪਣੇ ਫਿਲਮ ਸਟਾਰ ਜਿਹੜੇ ਬਚਪਨ ਦੀਆਂ ਫਿਲਮਾਂ ਚ ਨਿੱਕੇ ਹੁੰਦੇ ਆ ਦਾ ਪਿਆਰ ਉਹਨਾਂ ਦੇ ਪਿਕਚਰ ਆਏ ਜੇ ਕੈਮਰੇ ਚ ਹੱਥ ਲਾ ਦਿਓ ਬੱਚੇ ਸਾਰੇ ਮਿਲ ਕੇ